ਖਵਾਜ਼ਾ ਹਸਨ ਨਿਜ਼ਾਮੀ ਦੀ ਕਿਤਾਬ ਬੇਗਮਾਂ ਦੇ ਅਥਰੂ ਸਭ ਤੋਂ ਪਹਿਲਾਂ ਗੱਪਰੇ ਦਿੱਲੀ ਦੇ ਅਫਸਾਨੇ ਨਾਮ ਹੇਠ ਪ੍ਰਕਾਸ਼ਿਤ ਹੋਈ ਕਈ ਵਾਰ ਜ਼ਬਤ ਹੋਈ ਇਸ ਤੋਂ ਬਾਅਦ ਇਸ ਪੁਸਤਕ ਦੇ 14 ਸੰਸਕਰਣ ਛਪ ਚੁੱਕੇ ਹਨ ਇਹਦੇ ਕੁਝ ਹਿੱਸੇ ਰੇਡੀਓ ਤੋਂ ਵੀ ਪ੍ਰਸਾਰਿਤ ਹੋ ਚੁੱਕੇ ਹਨ ਤੇ ਕੁਝ ਹਿੰਦੀ ਤੇ ਗੁਜਰਾਤੀ ਵਿੱਚ ਵੀ ਅਨੁਵਾਦ ਹੋ ਚੁੱਕੇ ਹਨ ਦੂਸਰੀ ਕਹਾਣੀ ਹੈ ਗੁਲਬਾਨੋ ਗੁਲਬਾਨੋ ਖੁਦਾ ਖੈਰ ਕਰੇ 15 ਸਾਲ ਦੀ ਹੋਈ ਜਵਾਨੀ ਦੀਆਂ ਰਾਤਾਂ ਨੇ ਉਹਨੂੰ ਗੋਦ ਲੈਣਾ ਸ਼ੁਰੂ ਕੀਤਾ ਮੁਰਾਦਾ ਦੇ ਦਿਨ ਪਹਿਲੂ ਵਿੱਚ ਗੁਦਗੁਦੀਆਂ ਕਰਨ ਲੱਗੇ ਮਿਰਜ਼ਾ ਦਾਰਾ ਬਖਤ ਬਹਾਦਰ ਸਾਹਿਬ ਦਾ ਵਲੀਅਤ ਪੁੱਤ ਪੁਰਬ युवराज ਬਹਾਦਰ ਸ਼ਾਹ ਦਾ ਬੇਟਾ ਹੈ ਬਾਪ ਨੇ ਬੜੇ ਚਾਵਨ ਨਾਲ ਉਹਦਾ ਪਾਲਣ ਪੋਸਨ ਕੀਤਾ ਤੇ ਜਦ ਤੋਂ ਇਸ ਦੁਨੀਆ ਤੋਂ ਗਏ ਹਨ ਮਹਿਲ ਵਿੱਚ ਗੁਲਬਾਨੋ ਦੀ ਨਾਜ਼ ਬਰਦਾਰੀ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ ਅੰਮਾ ਕਹਿੰਦੀ ਹੈ ਕਿ ਵਿਚਾਰੀ ਦੇ ਮਾਸੂਮ ਦਿਲ ਨੂੰ ਬਹੁਤ ਦੁੱਖ ਪਹੁੰਚਿਆ ਹੈ ਪਿਤਾ ਦੇ ਦੁਨੀਆ ਤੋਂ ਚਲੇ ਜਾਣ ਦਾ ਹੇਰਵਾ ਨਾ ਕਰੇ ਇਸ ਨੂੰ ਅਜੇ ਮਾਹੌਲ 'ਚ ਰੱਖੋ ਕਿ ਉਹ ਉਹਦੇ ਪਿਆਰ ਨੂੰ ਭੁੱਲ ਜਾਏ ਇਧਰ ਦਾਦਾ ਭਾ ਬਹਾਦਰ ਸ਼ਾਹ ਬਾਦਸ਼ਾਹ ਦਾ ਇਹ ਹਾਲ ਹੈ ਕਿ ਪੋਤੀ ਦੇ ਲਾਡ ਪਿਆਰ 'ਚ ਕਿਸੇ ਗੱਲੋਂ ਪਿੱਛੇ ਨਹੀਂ ਹਟਦੀ ਨਵਾਬ ਜ਼ੀਨਤ ਮਹਿਲ ਉਹਦੀ ਲਾਡਲੀ ਤੇ ਮਨਜ਼ੂਰ ਨਜ਼ਰ ਬੀਵੀ ਹੈ ਜਵਾਨ ਵਕਤ ਨੇ ਉਹਦੇ ਪੇਟੋਂ ਹੀ ਜਨਮ ਲਿਆ ਹੈ ਜੇਕਰ ਮਿਰਜ਼ਾ ਦਾਰਾ ਬਖਤ ਇਸ ਸਮੇਂ ਤੋਂ ਪਹਿਲਾਂ ਮਰ ਜਾਣ ਨਾਲ ਵਲੀਹਤ ਦਾ ਪਦ ਮਿਰਜ਼ਾ ਫਖਰੂ ਨੂੰ ਮਿਲਿਆ ਪਰ ਜਵਾਮ ਬਖਤ ਦੀ ਮੁਹੱਬਤ ਦੇ ਸਾਹਮਣੇ ਅਲੀਹਦ ਦੀ ਕੋਈ ਨਹੀਂ ਚੱਲਦੀ ਤੇ ਜ਼ਿੰਨਤ ਮਹਿਲ ਅੰਗਰੇਜ਼ਾਂ ਨਾਲ ਅੰਦਰ ਖਾਤੇ ਜਵਾਮ ਬਖਤ ਦੀ ਤਖਤ ਨਿਸ਼ੀਨੀ ਦੇ ਮਾਮਲੇ ਤੈਅ ਕਰ ਰਹੀ ਹੈ ਜਵਾਮ ਬਖਤ ਦਾ ਇਹ ਨੀਤੂਮ ਧਾਮ ਨਾਲ ਵਿਆਹ ਹੋਇਆ ਕਿ ਮੁਗਲਾਂ ਦੀ ਤਾਰੀਖ ਦੇ ਆਖਰੀ ਦੌਰ ਚੋਂ ਦੀ ਸ਼ਾਨੋ ਸ਼ੌਕਤ ਦੀ ਮਿਸਾਲ ਨਹੀਂ ਮਿਲਦੀ ਗਾਲਤ ਤੇ ਜ਼ੌਕ ਸੇਰੇ ਲਿਖਦੇ ਹਨ ਤੇ ਉਹਨਾਂ ਦੀ ਸ਼ੇਰਬਾਜ਼ੀ ਦੀ ਉਹ ਮਸ਼ਹੂਰ ਮਿਸਾਲ ਹੋ ਜਾਂਦੀ ਹੈ ਜਿਸ ਦਾ ਜ਼ਿਕਰ ਆਜ਼ਾਦ ਦੇਲਵੀ ਨੇ ਆਪਣੀ ਕਿਤਾਬ ਆਬੇ ਹयात ਚ ਕੀਤਾ ਹੈ ਤੇ ਗਾਲिब ਨੂੰ ਲਿਖਣਾ ਪੈਂਦਾ ਹੈ ਕਿ ਮਕਤਾ ਮੇ ਆਪ ਪੜੀ ਥੀ ਸੁਖ ਨੇ ਮਸਤਰਾ ਨਾ ਬਾਤ ਵਰਨਾ ਮੈਨੂੰ ਖੁਦਾ ਨਖਾਸਤਾ 우ਸਤਾਦੇ ਸ਼ਾ ਭਾਵ ਜ਼ੌਕ ਨਾਲ ਕੋਈ ਦੁਸ਼ਮਣੀ ਨਹੀਂ ਹੈ ਇਹ ਸਭ ਕੁਝ ਸੀ ਤੇ ਜਵਾਮ ਬਖਤ ਦੇ زینت ਮਹਿਲ ਦੇ ਅੱਗੇ ਕਿਸੇ ਦਾ دیوا ਨਹੀਂ ਸੀ ਬੜਦਾ ਪਰ ਗੁਲਬਾਨੋ ਦੀ ਗੱਲ ਸਾਰਿਆਂ ਨਾਲੋਂ ਵੱਖਰੀ ਸੀ ਬਹਾਦਰ ਸ਼ਾਹ ਇਸ یتیم ਲੜਕੀ ਨਾਲ ਜੋ ਪਿਆਰ ਤੇ محبت ਕਰਦੇ ਸਨ ਉਸ ਜਨਮੋਂ زینت ਮਹਿਲ ਤੇ ਜਵਾਬ ਵਖਤ ਨੂੰ ਨਹੀਂ ਸੀ ਮਿਲਦਾ ਸਿਰਫ ਅਨੁਮਾਨ ਹੀ ਹੋ ਸਕਦਾ ਹੈ ਕਿ ਗੁਲਬਾਨੋ ਕਿਸ ਸ਼ਾਨ ਸ਼ੌਕਤ ਨਾਲ ਜ਼ਿੰਦਗੀ ਬਸਰ ਕਰ ਰਹੀ ਹੋਏਗੀ ਹੁਣ ਨੂੰ ਤਾਂ ਮਿਰਜ਼ਾ دارا ਬਖਤ ਦੇ ਹੋਰ ਵੀ ਬਾਲ ਬੱਚੇ ਸਨ ਪਰ ਗੁਲਬਾਨੋ ਤੇ ਉਹਦੀ ਮਾਂ ਨਾਲ ਉਹਨੂੰ ਬਹੁਤ ਪਿਆਰ ਸੀ ਗੁਲਬਾਨੋ ਦੀ ਮਾਂ ਇੱਕ ਡੂੰਮਣੀ ਸੀ ਤੇ ਮਿਰਜ਼ਾ ਉਹਨੂੰ ਆਪਣੀ ਬੀਗਮ ਨਾਲੋਂ ਵਿਵਦ ਚਾਹੁੰਦਾ ਸੀ। ਉਹਦੀ ਮੌਤ ਵੇਲੇ ਗੁਲਬਾਨ ਨੂੰ 12 ਸਾਲ ਦੀ ਸੀ। ਮਿਰਜ਼ਾ ਦਰਗਾਹ Hazrat Makhdoom Nasiruddin Chirag Delhi 'ਚ ਦਫਨਾਏ ਗਏ ਜੋ ਦਿੱਲੀ ਤੋਂ 6 ਮੀਲ ਦੂਰ ਪੁਰਾਣੀ ਦਿੱਲੀ ਦੇ ਖੰਡਰਾਂ 'ਚ ਹੈ। ਗੁਲਬਾਨੋ ਹਰ ਮਹੀਨੇ ਮਾਂ ਨੂੰ ਲੈ ਕੇ ਪਿਤਾ ਦੀ ਕਬਰ ਦੇਖਣ ਜਾਂਦੀ ਸੀ। ਤੇ ਜਦੋਂ ਜਾਂਦੀ ਤਾਂ ਕਬਰ ਨਾਲ ਲਿਪਟ ਕੇ ਰੋਂਦੀ ਤੇ ਕਹਿੰਦੀ ਅੱਬਾ ਮੈਨੂੰ ਵੀ ਆਪਣੇ ਨਾਲ ਸੁਲਾ ਲੈ। ਤੇਰੇ ਬਿਗੈਰ ਮੇਰਾ ਦਿਲ ਕਬਰਾਂਉਂਦਾ। ਜਦੋਂ ਗੁਲਬਾਨੋ ਨੇ 15ਵੇਂ ਸਾਲ ਚ ਪੈਰ ਰੱਖਿਆ ਤਾਂ ਜਵਾਨੀ ਨੇ ਬਚਪਨ ਦੀ ਜ਼ਿੱਦ ਤੇ ਸ਼ਰਾਰਤਾਂ ਤੋਂ ਭੁਲਾ ਦਿੱਤੀਆਂ ਪਰ ਸ਼ੌਕੀਆਂ ਇਨੀਆਂ ਪੈਦਾ ਕਰ ਦਿੱਤੀਆਂ ਕਿ ਮਹਿਲ ਦਾ ਬੱਚਾ ਬੱਚਾ ਉਸ ਤੋਂ ਪਨਾਹ ਮੰਗਦਾ ਸੀ ਸੋਨੇ ਦੇ ਛਤਰ ਹੇਠ ਉਪਲੰਗ ਤੇ ਦੋ ਸ਼ਾਲਾ ਤਾਨ ਕੇ ਸੌਂਦੀ ਸੀ ਸ਼ਾਮ ਨੂੰ ਦੀਵੇ ਬੱਤੀ ਦੇ ਸਮੇਂ ਬਾਨੋ ਛਤਰ ਵਾਲੇ ਪਲੰਗ ਤੇ ਪਹੁੰਚੀ ਮਾਂ ਆਖਦੀ ਦੀਵੇ ਦੀ ਬੱਤੀ ਬਲੀ ਤੇ ਲਾਡੋ ਪਲੰਗ ਤੇ ਚੜੀ ਤਾਂ ਮੁਸਕੁਰਾ ਕੇ ਅੰਗੜਾਈ ਲੈਂਦੀ ਤੇ ਉਬਾਸੀ ਲੈ ਕੇ ਸਿਰ ਦੇ ਖਿਲਨੇ ਵਾਲਾ ਨੂੰ ਸਵਾਰਦੀ ਹੋਈ ਕਹਿੰਦੀ ਅੱਛਾ ਵੀ ਤੁਹਾਨੂੰ ਕੀ ਸੌਂਦੇ ਆ ਆਪਣਾ ਵਕਤ ਬਰਬਾਦ ਕਰਦੇ ਆ ਤੁਹਾਡਾ ਕੀ ਲੈਣੇ ਆ ਤੁਸੀਂ ਬੇਵਜਾ ਅਕ ਭੁੱਖਾ ਹੋ ਜਾਂਦੇ ਹੋ ਮਾਂ ਆਖਦੀ ਬੰਨੋ ਮੈਂ ਸੜਦੀ ਨਹੀਂ ਸ਼ੌਕ ਨਾਲ ਆਰਾਮ ਕਰ ਖੁਦਾ ਤੈਨੂੰ ਸੁੱਖ ਦੀ ਨੀਂਦ ਸੁਲਾਏ ਮੈਂ ਤਾਂ ਇਹ ਕਹਿੰਨੀ ਆ ਕਿ ਜ਼ਿਆਦਾ ਸੌਣਾ ਆਦਮੀ ਨੂੰ ਬਿਮਾਰ ਕਰ ਦਿੰਦਾ ਤੋ ਸ਼ਾਮ ਢਲੇ ਜੋ ਸੌਂ ਜਾਣੀ ਹੈ ਤੇ ਸਵੇਰੇ ਵੇਲੇ ਸਿਰ ਉੱਠਿਆ ਵੀ ਕਰ ਪਰ ਤੇਰਾ ਤਾਂ ਇਹ ਹਾਲ ਐ 10 ਵਜ ਜਾਂਦੇ ਨੇ ਧੁੱਪ ਚੜਾਉਂਦੀ ਐ ਤੇ ਕੁੜੀਆਂ ਡਰਦੀਆਂ ਗੱਲ ਤੱਕ ਨਹੀਂ ਕਰਦੀਆਂ ਕਿ ਬਾਨੋ ਦੀ ਅੱਖ ਖੁੱਲ ਜਾਏਗੀ। ਇਹੋ ਜਿਹਾ ਕੀ ਸੋਣਾ ਆਦਮੀ ਨੂੰ ਕੁਝ ਘਰ ਦਾ ਕੰਮ ਵੀ ਦੇਖਣਾ ਚਾਹੀਦਾ ਐ। ਰੱਬ ਖੈਰ ਕਰੇ ਹੁਣ ਤੂੰ ਜਵਾਨ ਐ ਭਰਾਏ ਘਰ ਜਾਣਾ ਐ। ਇਹੋ ਹਲ ਰਿਹਾ ਤਾਂ ਅੱਗੇ ਗੁਜ਼ਾਰਾ ਕਿਵੇਂ ਹੋਏਗਾ। ਗੁਲਬਾਨੋ ਮਾਂ ਦੀਆਂ ਗੱਲਾਂ ਸੁਣਦੀ ਤੇ ਕਹਿੰਦੀ ਤੁਹਾਨੂੰ ਇਹਨਾਂ ਗੱਲਾਂ ਤੋਂ ਬਗੈਰ ਕੁਝ ਹੋਰ ਵੀ ਆਉਂਦਾ ਐ। ਮੇਰੇ ਨਾਲ ਨਾ ਬੋਲਿਆ ਕਰੋ। ਜੇ ਤੁਹਾਡੇ ਤੇ ਬੋਝਾਂ ਤਾਂ ਸਾਫ਼ ਕਹਿ ਦਿਓ ਮੈਂ ਦਾਦਾ ਹਜ਼ਰਤ ਮਤਲਬ ਬਹਾਦਰ ਸ਼ਾਹ ਕੋਲ ਰਹਾਂਗੀ ਉਸੇ ਜ਼ਮਾਨੇ ਦਾ ਜ਼ਿਕਰ ਹੈ ਕਿ ਮਿਰਜ਼ਾ ਦਾਰਾ ਸ਼ਿਕੋਹ شہਜ਼ਾਦਾ ਖਜ਼ਰ ਸੁਲਤਾਨ ਦਾ ਲड़का ਗੁਲਬਾਨੋ ਦੇ ਕੋਲ ਆਉਣ ਜਾਣ ਲੱਗਾ ਕਿਲੇ 'ਚ ਆਪਸ 'ਚ ਪਰਦਾ ਕਰਨ ਦਾ ਰਿਵਾਜ ਨਹੀਂ ਸੀ ਸ਼ਾਹ ਖਾਨਦਾਨ ਦੇ ਲੋਕ ਆਪਸ ਵਿੱਚ ਪਰਦਾ ਨਹੀਂ ਸੀ ਕਰਦੇ ਇਸ ਲਈ ਮਿਰਜ਼ਾ ਦਾਰਾ ਦਾ ਆਉਣ ਜਾਣ ਬਿਨਾਂ ਰੋਕਟੋਕ ਹੁੰਦਾ ਸੀ ਪਹਿਲਾਂ ਤਾਂ ਗੁਲਾਬੋ ਦੀ ਭੈਣ ਤੇ ਉਹ ਦਾ ਭਾਈ ਸੀ ਤੇ ਚਾਚੇ ਤਾਈ ਦੇ ਦੋ ਬੱਚੇ ਸਮਝੇ ਜਾਂਦੇ ਸਨ ਪਰ ਬਾਅਦ ਚ ਪਿਆਰ ਨੇ ਇੱਕ ਹੋਰ ਰਿਸ਼ਤਾ ਪੈਦਾ ਕਰ ਦਿੱਤਾ ਮਿਰਜ਼ਾ ਗੁਲਬਾਨੋ ਨੂੰ ਕੁਝ ਹੋਰ ਸਮਝਦਾ ਸੀ ਤੇ ਗੁਲਬਾਨੋ ਦਾਰੋ ਨੂੰ ਦਾਰਾ ਨੂੰ ਬਾਹਰੀ ਰਿਸ਼ਤੇ ਤੋਂ ਇਲਾਵਾ ਕਿਸੇ ਹੋਰ ਨਜ਼ਰ ਨਾਲ ਵੀ ਦੇਖਦੀ ਸੀ ਇੱਕ ਦਿਨ ਸਵੇਰ ਦੇ ਸਮੇਂ ਮਿਰਜ਼ਾ ਗੁਲਬਾਨੋ ਦੇ ਕੋਲ ਆਇਆ ਤੇ ਵੇਖਿਆ ਕਿ ਗੁਲਬਾਨੋ ਲਾਲ ਦੁਸ਼ਾਲਾ ਤਾਨ ਕੇ ਸੁਨਹਿਰੀ ਛਤਰ ਵਾਲੇ ਪਲੰਗ ਤੇ ਫੁੱਲਾਂ ਦੀ ਸੇਜ ਤੇ ਪੈਰ ਪਸਾਰੀ ਤੇ ਖਬਰ ਸੁੱਤੀ ਹੋਈ ਸੀ ਮੂੰਹ ਖੁੱਲਾ ਸਿਰ ਬਾਹ ਤੇ ਰੱਖਿਆ ਤਕੀਆ ਪਾਸੇ ਪਿਆ ਦੋ ਕੁੜੀਆਂ ਮੱਖੀਆਂ ਉਡਾ ਰਹੀਆਂ ਦਾਰਾ ਸ਼ਿਕੋ ਚਾਚੀ ਕੋਲ ਬੈਠ ਕੇ ਗੱਲਾਂ ਕਰਨ ਲੱਗਾ ਪਰ ਉਹ ਗੁਲਬਾਨੋ ਦੀ ਬੇਸੁੱਧ ਹਾਲਤ ਵੀ ਦੇਖਦਾ ਰਿਹਾ ਆਖਰ ਰਹਿ ਨਾ ਸਕਿਆ ਤੇ ਬੋਲਿਆ ਕਿਉਂ ਚਾਚੀ ਹਜ਼ਰਤ ਬਾਨੋ ਦਿਨ ਚੜ੍ਹੇ ਤੱਕ ਸੁੱਤੀ ਰਹਿੰਦੀ ਧੁੱਪ ਸਿਰ ਤੇ ਆ ਗਈ ਹੈ ਹੁਣ ਤਾਂ ਉਹਨੂੰ ਜਗਾ ਦੇਣਾ ਚਾਹੀਦਾ ਹੈ ਚਾਚੀ ਨੇ ਕਿਹਾ ਬੇਟਾ ਬਾਨੋ ਦੇ ਮિજાਜ ਨੂੰ ਤੁਸੀਂ ਜਾਣਦੇ ਹੋ ਕਿਹੜੀ ਕਿਹ ਦੀ ਸ਼ਮਤ ਆਈਏ ਜਿਹੜਾ ਇਹਨੂੰ ਜਗਾਏ tufaan khada kar degi ਦਾਰੇ ਨੇ ਕਿਹਾ ਦੇਖੋ ਮੈਂ ਜਗਾਉਣਾ ਦੇਖਦਾ ਕਿ ਕਰਦੀ ਹੈ ਚਾਚੀ ਹੱਸ ਕੇ ਬੋਲੀ ਜਗਾ ਦੇ ਤੈਨੂੰ ਕੀ ਕਹੇਗੀ ਤੇਰਾ ਤਾਂ ਬਹੁਤ ਲਿਆਜ ਕਰਦੀ ਹੈ ਦਾਰੇ ਨੇ ਜਾ ਕੇ ਤਲੀਆਂ ਤੇ ਗੁਦਗੁਦੀ ਕੀਤੀ ਬਾਨੋ ਨੇ ਅੰਗੜਾਈ ਲੈ ਕੇ ਪੈਰ ਇਕੱਠੇ ਕਰ ਲਏ ਅਚਾਨਕ ਅੱਖਾਂ ਖੋਲ ਕੇ ਬਹੁਤ ਗੁੱਸੇ ਨਾਲ ਪੈਰਾਂ ਵੱਲ ਦੇਖਿਆ ਉਹਦਾ ਖਿਆਲ ਸੀ ਕਿ ਕਿਸੇ ਕੁੜੀ ਦੀ ਸ਼ਰਾਰਤ ਹੈ ਉਹਨੂੰ ਗੁਸਤਾਖੀ ਦੀ ਸਜ਼ਾ ਦੇਣੀ ਚਾਹੀਦੀ ਹੈ ਪਰ ਜਦੋਂ ਉਹਨੇ ਉਸ ਸ਼ਖਸ ਨੂੰ ਸਾਹਮਣੇ ਖੜਾ ਦੇਖਿਆ ਜਿਸ ਦੀ ਮੁਹੱਬਤ ਨਾਲ ਉਹਦਾ ਦਿਲ ਭਰਿਆ ਹੋਇਆ ਸੀ ਤਾਂ ਉਹਨੇ ਸ਼ਰਮਾ ਕੇ ਦੁਸ਼ਾਲੇ ਦਾ ਪੱਲਾ ਮੂੰਹ ਤੇ ਕਰ ਲਿਆ ਤੇ ਖਬਰਾ ਕੇ ਉੱਠ ਬੈਠੇ ਦਾਰੇ ਨੇ ਹੋਸ਼ ਭੁਲਾ ਦੇਣ ਵਾਲੇ ਇਸ ਦ੍ਰਿਸ਼ ਨੂੰ ਦਿਲ ਥੰਮ ਕੇ ਦੇਖਿਆ ਤੇ ਚੀਕ ਕੇ ਬੁਲਿਆ ਲੈ ਚਾਚੀ ਹਜ਼ਰਤ ਮੈਂ ਬਾਨੋ ਨੂੰ ਉਠਾ ਦਿੱਤਾ ਮੁਹੱਬਤ ਵਧ ਗਈ ਜਦ ਪਿਆਰ ਦੀ ਪਿੰਗ ਚੜਨ ਲੱਗੀ ਤੇ ਬਿਰੋ ਨਾਲ ਨੀਂਦ ਹਰਾਮ ਹੋਣ ਲੱਗੀ ਤਾਂ ਗੁਲਬਾਨੋ ਦੀ ਮਾਂ ਨੂੰ ਸ਼ੱਕ ਹੋਇਆ। ਉਹਨੇ ਦਾਰਾ ਸ਼ਿਕੋਦ ਆਪਣੇ ਘਰ ਆਉਣ ਜਾਣ ਬੰਦ ਕਰ ਦਿੱਤਾ। ਦਰਗਾ ਹਜ਼ਰਤ ਚਿਰਾਗ ਦਿੱਲੀ ਦੇ ਇੱਕ ਕੋਨੇ 'ਚ ਚੰਗੀ ਸ਼ਕਲ ਸੂਰਤ ਵਾਲੀ ਔਰਤ ਪੱਟਿਆ ਕੰਬਲ ਲੈ ਕੇ ਰਾਤ ਦੇ ਸਮੇਂ ਹਾਈ ਹਾਈ ਕਰ ਰਹੀ ਸੀ। ਸਿਆਲ ਦਾ ਮੀਂਹ ਛਮ ਛਮ ਪੈ ਰਿਹਾ ਸੀ। ਹਵਾ ਦੇ ਤੇਜ਼ ਬੁੱਲਿਆਂ ਨਾਲ ਵਾਛੜ ਉਸ ਥਾਂ ਨੂੰ ਗਿੱਲਾ ਕਰ ਰਹੀ ਸੀ ਜਿੱਥੇ ਉਹਦਾ ਬਿਸਤਰ ਸੀ। ਇਹ ਔਰਤ ਬਹੁਤ ਬਿਮਾਰ ਸੀ ਪਸਲੀ ਦੇ ਦਰਦ ਬੁਖਾਰ ਤੇ ਲਾਚਾਰੀ ਠਿੱਕਲੀ ਪਈ ਤੜਪ ਰਹੀ ਸੀ ਬੁਖਾਰ ਦੀ ਬਿਉਸ਼ੀ ਚੋਂ ਹੀ ਆਵਾਜ਼ ਦਿੱਤੀ ਗੁਲਬਦਨ ਓ ਗੁਲਬਦਨ ਕਿੱਥੇ ਮਰ ਗਈ ਹੈ ਜਲਦੀ ਆ ਤੇ ਮੇਰੇ ਉੱਪਰ ਦੁਸ਼ਾਲਾ ਦੇ ਦੇ ਦੇਖਵਾ ਛੜ ਅੰਦਰ ਆ ਰਹੀ ਹੈ ਪਰਦਾ ਹੇਠਾਂ ਕਰ ਦੇ ਰੋਸ਼ਨਕ ਤੂੰ ਆ ਗੁਲਬਦਨ ਤਾਂ ਕਿੱਥੇ ਗਾਇਬ ਹੋ ਗਈ ਹੈ ਮੇਰੇ ਕੋਲ ਕੋਲਿਆਂ ਦੀ ਗੀਠੀ ਲੈ ਆ ਪਸਲੀ ਤੇ ਤੇਲ ਮਲ ਦਰਦ ਨਾਲ ਮੇਰਾ ਸਾਹ ਰੁਕਦਾ ਜਾ ਰਿਹਾ ਹੈ ਜਿਆਦੀ ਆਵਾਜ਼ ਸੁਣ ਕੇ ਕੋਈ ਵੀ ਨਾ ਆਇਆ ਥੋਨੇ ਮੂੰਹ ਤੋਂ ਕੰਬੜਾ ਲਾ ਕੇ ਚੁਫੇਰੇ ਦੇਖਿਆ ਹਨੇਰੇ ਦਲਾਨ ਚ ਧਰਤੀ ਦੇ ਬਿਸਤਰੇ ਤੇ ਕੱਲੀ ਪਈ ਸੀ ਚੁਫੇਰੇ ਸੰਗੜਾਂ ਨੇ ਰਾਸੀ ਮੈਂ ਵੀ ਜ਼ੋਰਾਂ ਤੇ ਸੀ ਬਿਜਲੀ ਚਮਕਦੀ ਸੀ ਤਾਂ ਇੱਕ ਚਿੱਟੀ ਕਬਰ ਦੀ ਝਲਕ ਦਿਖਾਈ ਦਿੰਦੀ ਸੀ ਜੋ ਉਹਦੇ ਪਿਤਾ ਦੀ ਸੀ ਇਹ ਹਾਲਤ ਵੇਖ ਕੇ ਉਸ ਔਰਤ ਨੇ ਚੀਕ ਮਾਰੀ ਬਾਬਾ ਮੈਂ ਤੇਰੀ ਗੁਲਬਾਨੋਆ ਦੇਖੋ ਮੈਂ ਕੱਲੀ ਆ ਉਠੋ ਮੈਨੂੰ ਬੁਖਾਰ ਚੜ ਰਿਹਾ ਹੈ ਹਾਏ ਮੇਰੀ ਪਸਲੀ ਚ ਬਹੁਤ ਦਰਦ ਹੋ ਰਿਹਾ ਹੈ ਮੈਨੂੰ ਠੰਡ ਲੱਗ ਰਹੀ ਹੈ ਮੇਰੇ ਕੋਲ ਉੱਪਰ ਲੈਣ ਲਈ ਇਸ ਫਟੇ ਪੁਰਾਣੇ ਕੰਬਲ ਤੋਂ ਬਿਨਾ ਕੁਝ ਵੀ ਨਹੀਂ ਮੇਰੀ ਅੰਮਾ ਮੇਰੇ ਤੋਂ ਵਿਛੜ ਗਈ ਹੈ ਮੈਨੂੰ ਮਹਿਲ ਤੋਂ ਕੱਢ ਦਿੱਤਾ ਗਿਆ ਹੈ ਬਾਬਾ ਮੈਨੂੰ ਆਪਣੀ ਕਬਰ ਚ ਬੁਲਾ ਲਓ ਮੈਨੂੰ ਡਰ ਲੱਗਦਾ ਹੈ ਕਫਨ ਚੋਂ ਮੂੰਹ ਬਾਹਰ ਕੱਢੋ ਤੇ ਮੈਨੂੰ ਦੇਖੋ ਮੈਂ ਪਰਸੋਂ ਦਾ ਕੁਝ ਵੀ ਨਹੀਂ ਖਾਦਾ ਮੇਰੇ ਸਰੀਰ ਚ ਇਸ ਗਿੱਲੀ ਜ਼ਮੀਨ ਦੇ ਕੰਕਰ ਚੁਭਰੇ ਹਨ ਮੇਂ ਇਟਾਂ ਦੇ ਤੇ ਸਿਰ ਰੱਖ ਕੇ ਕਿੱਥੇ ਪਈਆਂ ਮੇਰੇ ਛੱਪਰ ਪਾਣ ਦਾ ਕੀ ਬਣਿਆ ਮੇਰਾ ਦੁਸ਼ਾਲਾ ਕਿੱਥੇ ਐ ਮੇਰੀ ਸੇਜ ਕਿੱਥੇ ਗਈ ਅੱਬਾ ਅੱਬਾ ਉੱਠੋ ਜੀ ਕਦ ਤੱਕ ਸੁੱਤੇ ਰਹੋਗੇ ਮੇਰੀ ਦਰਦ ਨਾਲ ਜਾਨ ਨਿਕਲਦੀ ਜਾ ਰਹੀ ਐ ਸਾਹ ਲੈਣ ਸਮੇਂ ਤਕਲੀਫ ਹੋ ਰਹੀ ਐ ਇਹ ਕਹਿੰਦੇ ਉਹ ਬੇਹੋਸ਼ ਜੀ ਹੋ ਗਈ ਤੇ ਉਹਨੇ ਦੇਖਿਆ ਕਿ ਉਹ ਮਰ ਗਈ ਐ ਉਹਦੇ ਮਿਰਜ਼ਾ ਦਾਰਾ ਬਖਤ ਨੂੰ ਕਬਰ ਚ ਉਤਾਰ ਰਹੇ ਹਨ ਤੇ ਰੋ ਰੋ ਕੇ ਕਹਿੰਦੇ ਹਨ ਏ ਇਸ ਵਿਚਾਰੀ ਦਾ ਮਿੱਟੀ ਦਾ ਛੱਪਰ ਅੱਖ ਖੁੱਲ ਗਈ ਤੇ ਵਿਚਾਰੀ ਬਨੂ ਅੱਡੀਆਂ ਰਗੜਨ ਲੱਗੀ ਮਰਨ ਦਾ ਸਮਾਂ ਸਿਰ ਤੇ ਸੀ ਤੇ ਕਹਿੰਦੀ ਸੀ ਲੋ ਸਾਹਿਬ ਹੁਣ ਮੈਂ ਮਰਦੀ ਆਂ ਕੌਣ ਮੈਨੂੰ ਸ਼ਰਬਤ ਦਾ ਘੁੱਟ ਪਿਆਏਗਾ ਕੌਣ ਮੈਨੂੰ ਆਖਰੀ ਸਮੇਂ ਕੁਰਾਨ ਦਾ ਇੱਕ ਅੰਸ਼ ਸੁਣਾਏਗਾ ਕੌਣ ਆਪਣੀ ਗੋਦ 'ਚ ਮੇਰਾ ਸਿਰ ਰੱਖੇਗਾ ਅੱਲਾ ਤੇਰੇ ਬਿਨਾ ਮੇਰਾ ਕੋਈ ਨਹੀਂ ਤੂੰ ਇੱਕ ਹੈ ਤੇਰਾ ਹਬੀਬ ਮਤਲਬ ਹਜ਼ਰਤ ਮੁਹੰਮਦ ਸਾਹਿਬ ਹੀ ਮੇਰਾ ਸਾਥੀ ਤੇ ਦੇਖਭਾਲ ਕਰਨ ਵਾਲਾ ਹੈ ਤੇ ਚਿਰਾਗੇ ਔਲੀਆ ਮੈਂ ਮੇਰੇ ਗਵਾਂਡੇ ਹਨ ਸ਼ਹਿਜ਼ਾਦੀ ਮਰ ਗਈ ਤੇ ਆਮ ਗਰੀਬਾਂ ਦੀ ਕਬਰਿਸਤਾਨ ਚ ਦਫਨ ਹੋ ਗਈ ਤੇ ਉਹ ਉੱਥੇ ਹੀ ਕਿਆਮਤ ਦੇ ਦਿਨ ਤੱਕ ਸੁੱਤੀ ਰਹੇਗੀ ਧੰਨਵਾਦ